जी भाई गुरु जी, किदा एक्सीडेंट था ता? बल पीछे बंदे पे सी कड़ी गड्डी बुलेट है पहले। अच्छा जी, बोलते लंबे पे है कि वो एकदम सीधे गए। अच्छा जी, इधर कारण हो रहा है कड़ी गड्डी में जी। ठीक है, इधर कारण हो रहा है। ठीक है, मेरे यहां पे लगता है लाख मेरा चल रहा है। अच्छा जी, मेरा लाख टूट गया। अच्छा, लाख का साठ लगी था जी। हां जी, ਹੁਣ ਕੀ ਕਹਿੰਦੇ ਡਾਕਟਰ ਤੁਹਾਨੂੰ? ਡਾਕਟਰ ਆਣੇ ਥੋੜਾ ਜਿਹਾ ਲੇਟ ਕਰਤਾ ਆਪਰੇਸ਼ਨ ਦੋ ਹਫ਼ਤੇ। ਅੱਛਾ ਜੀ, ਦਵਾਈ ਦੋ ਹਫ਼ਤੇ ਦਿੱਤੀ ਟੀਕੇ ਲਾਉਦੇ ਪੇਟ। ਅੱਛਾ ਜੀ, ਡਾਕਟਰ ਦਿੱਤੀ ਦਵਾਈ ਦਾ ਕਿਹੜੇ ਦੋ ਹਫ਼ਤੇ ਆਪਰੇ ਆਉਣਾ ਤਾਂ ਡਾਕਟਰ। ਠੀਕ ਹੈ, ਕਿੱਥੋਂ ਬਜਟ ਹੋਣਾ? ਪੀ ਜੀ ਆਈ ਜਾਣੇ। ਅੱਛਾ, ਤੁਸੀਂ ਕੀ ਕੰਮ ਕਰਦੇ ਸੀ? ਇੱਥੇ ਮਤਲਬ ਦਿਹਾੜੀ ਤਾਂ ਪਾਈ 1000 ਰੁਪਏ। ਠੀਕ ਹੈ, वाहिगुरु जी का खालसा वाहिगुरु जी की फतेह। सतगुर की सेवा सफल है, जे को करे चित लाए, मन चिंदिया फल पावना हो मैं विचों जाए दे महावाक अनुसार। संगत जी, अज असी दसूए शहर दे विच कैंथा महल्ले विखे पहुंचे हैं जी, वार्ड नंबर 10 दे विच। वीर जी नूं सट लगी सी, आप जी ने सुनी लिया किस तरह सट लगी इन्हां नूं। इन्हां ने सानूं हुक्म लाया कि साडी कुछ ना कुछ सेवा की जाए, क्योंकि बहुत ज्यादा लोड़वंद ने, घर दे विच कमाण वाले इह आप ही ने, ते लगभग 40 साल दी उम्र इन्हां दी जी। आप ही सट लग के जे लम्मिया पै जाए बंदा, मेन ही बंदा मंजे ते लम्मा पै जावे ते फिर घर दा कम नहीं चलदा जी। इन्हां ने सानूं हुक्म लाया, हुण पहुंची असीं इत्थे, जिन्नी सरदी बंदी असीं इन्हां नूं सेवा दे के चले हां जी। संगत जी, आप सब संगत दे सहयोग दे नाल ही सारियां सेवावां चलदियां जी। रोगी का प्रभ खंडो, रोग दुखी का मिटाओ प्रभ सोग, दे महावाक अनुसार। गुरु महाराज आप ही सिर ते हाथ रख के इहदा रोग दूर करनगे। अचानक ही इन्हां दे सट लग गई संगत जी, अचानक ही। हुण इन्हां नूं आपां सेवा दे के जा रहे हां, माया की सेवा। यह माया की सेवा असीं इन्हां नूं दे के जा रहे हां संगत जी। होर भी संगत जी, इन्हां दी वध तों वध मदद कीती जावे, वध तों वध इन्हां दी मदद कीती जावे संगत जी, क्योंकि बहुत ज्यादा लोड़वंद ने। PGI ਵਿਖੇ ਇਹਨਾਂ ਦਾ ਆਪਰੇਸ਼ਨ ਹੋਣਾ ਸੰਗਤ ਜੀ। ਤੇ ਸੰਗਤ ਜੀ, ਜਦੋਂ ਕੋਈ ਲੋੜਵੰਦ ਹੋਵੇ ਫਿਰ PGI ਜਾਣਾ ਹੋਵੇ, ਹਸਪੀਟਲਾਂ ਦੇ ਖਰਚੇ ਕਿੰਨੇ ਨੇ ਆਪ ਜੀ ਜਾਣਦੇ ਹੀ ਹੋ ਜੀ। ਤੇ ਕੈਂਥਾ ਮਹੱਲਾ ਵਿਖੇ ਪਹੁੰਚੇ ਹਾਂ ਜੀ। ਇਹ ਉਹਨਾਂ ਦੇ ਫਾਦਰ ਇਨ ਲਾ ਨਹੀਂ, ਮੇਰਾ ਜਵਾਈ ਨੇ। ਤੁਹਾਡੇ ਜਵਾਈ ਨੇ? ਹਾਂਜੀ। ਤੁਸੀਂ ਕੋਈ ਬੋਲ ਦੋ ਸਾਂਝੇ ਕਰਨਾ ਚਾਹੁੰਦੇ ਹੋ ਸੰਗਤ ਦੇ ਨਾਲ? ਇਹ ਗਰੀਬ ਬੰਦਾ ਵੀ, ਦੋ ਧੀਆਂ ਨੇ, ਇੱਕ ਕਾਕਾ ਬੱਚਾ ਵੀ ਹੈਗਾ, 2.5 ਸਾਲ ਦਾ ਲੜਕਾ, 12 ਦਿਨ ਹੋ ਗਈ ਵੱਡੀ ਗੁੱਡੀ ਆ, 8-9 ਸਾਲ ਤੋਂ ਨਿੱਕੀ ਆ। ਬਸ ਇਹੋ ਕਮਾਉਣ ਵਾਲਾ, ਇਹੋ ਖਾਣ ਵਾਲਾ, ਬਸ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਹੈ। ਹੱਥ ਬੰਨ ਕੇ ਬੇਨਤੀ ਹੈ ਵਾਹਿਗੁਰੂ ਜੀ। ਇਸ ਸਮੇਂ ਵੀਰ ਪੂਰਾ ਬੈੱਡ ਤੇ ਜੀ, ਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ, ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ। ਗੁਰੂ ਸਾਹਿਬ ਜੀ ਇਸ ਤਰ੍ਹਾਂ ਹੀ ਸਾਡੇ ਕੋਲ ਸੇਵਾ ਲੈਂਦੇ ਰਹਿਣ, ਤੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਇਹਨਾਂ ਵੀਰ ਦਾ ਜਦੋਂ ਆਪਰੇਸ਼ਨ ਹੋਣਾ, ਆਪ ਵਿੱਚ ਵਰਤ ਕੇ ਇਹਨਾਂ ਦਾ ਇਲਾਜ ਕਰ ਦੇਣ ਆਪ ਹੀ, ਠੀਕ ਕਰਕੇ ਇਹਨਾਂ ਨੂੰ ਗੁਰੂ ਸਾਹਿਬ ਜੀ ਘਰ ਭੇਜ ਦੇਣ। ਸੰਗਤ ਜੀ, ਆਪਾਂ ਜਿੰਨੀਆਂ ਵੀ ਸੇਵਾ ਕਰਦੇ ਹਾਂ, ਯੂਟਿਊਬ ਉੱਪਰ ਇੱਕ ਵਾਹਿਗੁਰੂ ਵਾਸਰਾ ਚੈਨਲ ਬਣਿਆ ਹੋਇਆ ਜੀ, ਇਹ ਜਿੰਨੀਆਂ ਵੀ ਸੇਵਾ ਦੀ ਵੀਡੀਓ ਬਣਾਉਂਦੇ ਹਾਂ ਸਾਰੀਆਂ ਉਸ 'ਤੇ ਅਪਲੋਡ ਕਰਦੇ ਹਾਂ ਜੀ। ਵਾਹਿਗੁਰੂ ਵਾਸਰਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅੱਗੇ ਤੋਂ ਅੱਗੇ ਇਸ ਚੈਨਲ ਨੂੰ ਸ਼ੇਅਰ ਵੀ ਕਰਿਆ ਕਰੋ, ਤਾਂ ਜੋ ਕੋਈ ਹੋਰ ਲੋੜਵੰਦ ਪਰਿਵਾਰ ਸਾਡੇ ਤੱਕ ਪਹੁੰਚ ਕਰ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।